ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਫਟਾਫਟ ਖਬਰਾਂ ਜਿੱਥੇ ਤੁਹਾਨੂੰ ਦਿਖਾਈਆਂ ਜਾਂਦੀਆਂ ਨੇ ਦੇਸ਼ ਦੁਨੀਆ ਮਨੋਰੰਜਨ ਖੇਡ ਤੇ ਵਪਾਰ ਜਗਤ ਦੀਆਂ ਅਹਿਮ ਸਰਗਰਮੀਆਂ ਫਟਾਫਟ ਯਾਨੀ ਤੇਜ਼ ਰਫ਼ਤਾਰ ਦੇ ਨਾਲ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਦੇ ਵੱਲ। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਦੱਸਿਆ ਹੈ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਜੇਲ੍ਹ ਦੇ ਵਿੱਚ ਖਤਰਾ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਤੇ ਕੋਈ ਵੀ ਬਰਾਮਦਗੀ ਪਾ ਕੇ ਉਹਨਾਂ ਨੂੰ ਇੱਕ ਹੋਰ ਝੂਠੇ ਮੁਕੱਦਮੇ ਦੇ ਵਿੱਚ ਫਸਾਇਆ ਜਾ ਸਕਦਾ ਹੈ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਾਬਕਾ ਮੰਤਰੀ ਗੁਲਜ਼ਾਰ ਸਿੰਘ, ਰਣੀਕੇ ਸ਼ਰਨਜੀਤ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਇਯਾਲੀ ਅਤੇ ਮਜੀਠੀਆ ਦੀ ਧਰਮਪਤਨੀ ਵਿਧਾਇਕਾ ਗਨੀਵ ਕੌਰ ਸਮੇਤ ਅਕਾਲੀ ਦਲ ਦੇ ਇੱਕ ਵਫਦ ਨੇ ਅੱਜ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਕਿਹਾ ਕਿ ਉਹ ਹਰਪ੍ਰੀਤ ਸਿੱਧੂ ਨੂੰ ADGP ਜੇਲ੍ਹਾਂ ਦੇ ਦਿੱਤੇ ਐਡੀਸ਼ਨ ਚਾਰਜ ਨੂੰ ਵਾਪਸ ਲੈਣ ਦੇ ਲਈ ਤੁਰੰਤ ਹਦਾਇਤ ਜਾਰੀ ਕਰਨ। ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਵਿੱਚ ਪੁਣੇ ਤੋਂ ਸੌਰਵ ਮਹਾਕਾਲ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਦਿੱਲੀ ਪੁਲਿਸ ਅਤੇ ਮਹਾਰਾਸ਼ਟਰ ਪੁਲਿਸ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ। ਸਪੈਸ਼ਲ ਸੈੱਲ ਦੇ ਅਧਿਕਾਰੀ ਧਾਲੀਵਾਲ ਦਾ ਕਹਿਣਾ ਹੈ ਕਿ ਸੌਰਵ ਮਹਾਕਾਲ ਇਸ ਵਾਰਦਾਤ ਦੇ ਵਿੱਚ ਸ਼ਾਮਲ ਨਹੀਂ ਸੀ, ਪਰ ਜੋ ਇਸ ਕਾਂਡ 'ਚ ਸ਼ੂਟਰ ਸੀ ਉਸਦਾ ਇਹ ਕਰੀਬੀ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਸ਼ੂਟਰ ਦੇ ਨਾਲ ਸੌਰਵ ਮਹਾਕਾਲ ਦੇ ਲਿੰਕ ਰਹੇ ਹਨ। ਸੌਰਵ ਮਹਾਕਾਲ ਨੇ ਸ਼ੂਟਰਸ ਦੇ ਨਾਲ ਮਿਲ ਕੇ ਕਈ ਵਾਰਦਾਤਾਂ ਅਤੇ ਕਤਲ ਦੀਆਂ ਘਟਨਾਵਾਂ ਨੂੰ ਅੰਜਾਮ ਵੀ ਦਿੱਤਾ। ਅਸੀਂ ਸੌਰਵ ਮਹਾਕਾਲ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਉਸਦਾ ਰਿਮਾਂਡ ਲਿੱਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਕੈਬਨਿਟ ਨੇ ਅੱਜ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਦੇ ਨਾਲ 9,64,785 ਕਰੋੜ ਰੁਪਏ ਦਾ ਮਾਲੀਆ ਪੈਦਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜੋ ਬੀਤੇ ਸਾਲ ਨਾਲੋਂ 40% ਤੋਂ ਵੱਧ ਹੋਵੇਗਾ। ਇਹ ਫੈਸਲਾ ਅੱਜ ਬਾਅਦ ਦੁਪਹਿਰ ਇੱਥੇ ਪੰਜਾਬ ਸਿਵਲ ਸਕੱਤਰ ਦੇ ਵਿਖੇ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਹੋਈ ਮੀਟਿੰਗ ਮੰਡਲ ਦੀ ਮੀਟਿੰਗ ਦੇ ਦੌਰਾਨ ਲਿੱਤਾ ਗਿਆ। ਸਿੱਧੂ ਮੂਸੇਵਾਲੇ ਦੇ ਕਤਲਕਾਂਡ ਨੂੰ ਲੈ ਕੇ ਦੋਸ਼ੀਆਂ ਦੀ ਪੰਜਾਬ ਪੁਲਿਸ ਦੇ ਨਾਲ ਨਾਲ ਹੋਰ ਸੂਬਿਆਂ ਦੀ ਪੁਲਿਸ ਵੱਲੋਂ ਵੀ ਗ੍ਰਿਫਤਾਰੀਆਂ ਲਗਾਤਾਰ ਜਾਰੀ ਨੇ। ਦੱਸ ਦਈਏ ਕਿ ਮੂਸੇਵਾਲਾ ਦੇ ਕਤਲ ਮਾਮਲੇ 'ਚ ਅੱਜ ਪੁਣੇ ਪੁਲਿਸ ਨੇ ਇੱਕ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਮੱਦੇਨਜ਼ਰ ਅੱਜ ਸ਼ਾਮ ਦਿੱਲੀ ਪੁਲਿਸ ਅਤੇ ਮਹਾਰਾਸ਼ਟਰ ਪੁਲਿਸ ਦੀ ਜੁਆਇੰਟ ਪ੍ਰੈਸ ਕਾਨਫਰੰਸ ਹੋਣ ਜਾ ਰਹੀ ਹੈ, ਜਿਸਦੇ ਵਿੱਚ ਸਿੱਧੂ ਮੂਸੇਵਾਲੇ ਕਤਲਕਾਂਡ ਦੇ ਵਿੱਚ ਵੱਡੇ ਖੁਲਾਸੇ ਹੋ ਸਕਦੇ ਨੇ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਸ਼ਾਮਲ ਸ਼ੂਟਰਾਂ ਦੇ ਤਾਰ ਪੰਜਾਬ, ਦਿੱਲੀ ਅਤੇ ਮਹਾਰਾਸ਼ਟਰ ਦੇ ਨਾਲ ਜੁੜਦੇ ਨਜ਼ਰ ਆ ਰਹੇ ਨੇ। ਅੱਜ ਇਸ ਸਬੰਧ ਦੇ ਵਿੱਚ ਪੁਣੇ ਤੋਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਉੱਥੇ ਹੀ ਦਿੱਲੀ ਪੁਲਿਸ ਦੇ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਰਿਮਾਂਡ 'ਤੇ ਲਿਆ ਗਿਆ। ਇਸ ਕਤਲਕਾਂਡ ਦੇ ਵਿੱਚ ਰੋਜ਼ਾਨਾ ਨਵੇਂ ਖੁਲਾਸੇ ਹੁੰਦੇ ਸਾਹਮਣੇ ਆ ਰਹੇ ਨੇ। ਥਾਣਾ ਸਦਰ ਦੇ ਕੋਲ ਹਾਦਸੇ ਦੇ ਵਿੱਚ ਮਨਜੀਤ ਕੌਰ, ਜਿਸਦੀ ਉਮਰ 60 ਸਾਲ ਹੈ, ਉਸਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਦੱਸ ਦਈਏ ਕਿ ਇਸ ਸੰਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਮਨਜੀਤ ਕੌਰ ਆਪਣੇ ਪਿੰਡ ਦੇ ਚਮਕੌਰ ਸਿੰਘ ਅਤੇ ਉਸਦੀ ਪਤਨੀ ਦੇ ਨਾਲ ਮੋਟਰਸਾਈਕਲ 'ਤੇ ਜਾ ਰਹੀ ਸੀ ਤਾਂ ਕੱਲ੍ਹ ਕਲਾਂ ਦੇ ਕੋਲ ਅਣਪਛਾਤੀ ਗੱਡੀ ਦੀ ਲਪੇਟ ਦੇ ਵਿੱਚ ਆ ਗਈ, ਜਿਸ ਦੇ ਕਾਰਨ ਮਨਜੀਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸੰਬੰਧ ਦੇ ਵਿੱਚ ਪੁਲਿਸ ਦੇ ਵੱਲੋਂ ਚਮਕੌਰ ਸਿੰਘ ਦੇ ਬਿਆਨਾਂ ਦੇ ਆਧਾਰ ਦੇ ਉੱਤੇ 174 ਦੀ ਕਾਰਵਾਈ ਧਾਰਾ 174 ਲਗਾਉਂਦੇ ਹੋਏ ਕਾਰਵਾਈ ਕੀਤੀ ਗਈ ਹੈ। ਦੱਸ ਦਈਏ ਕਿ ਇਸੇ ਤਰ੍ਹਾਂ ਮੋਟਰਸਾਈਕਲ ਤੋਂ ਡਿੱਗਣ ਦੇ ਕਾਰਨ ਛਿੰਦਰ ਕੌਰ, ਜਿਸਦੀ ਉਮਰ 55 ਸਾਲ ਹੈ, ਨਿਵਾਸੀ ਪਿੰਡ ਢਿਲਵਾਂ ਵਾਲਾ ਦੀ ਮੌਤ ਹੋ ਚੁੱਕੀ ਹੈ। ਇਸ ਸੰਬੰਧ ਦੇ ਵਿੱਚ ਮ੍ਰਿਤਕਾਂ ਦੇ ਬੇਟੇ ਅਵਤਾਰ ਸਿੰਘ ਦੇ ਬਿਆਨਾਂ ਦੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਵੱਲੋਂ ਜੋ ਹੈ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ। ਦੱਸ ਦਈਏ ਕਿ ਪੁਲਿਸ ਨੇ ਦੋਹਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ। ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਬੀਤੇ ਦਿਨੀ ਆਪਣੇ ਪੁੱਤਰ ਆਰਿਨ ਖਾਨ ਦੇ ਕਰੂਜ਼ ਡਰੱਗਸ ਮਾਮਲੇ ਦੇ ਨੂੰ ਲੈ ਕੇ ਜੋ ਹੈ ਕਾਫੀ ਸੁਰਖੀਆਂ ਦੇ ਵਿੱਚ ਰਹੇ। ਹਾਲਾਂਕਿ NCB ਦੇ ਵੱਲੋਂ ਦਾਇਰ ਕੀਤੀ ਗਈ ਚਾਰਜਸ਼ੀਟ ਤੋਂ ਆਰਿਨ ਖਾਨ ਦਾ ਨਾਂ ਹਟਾ ਦਿੱਤਾ ਗਿਆ ਹੈ। NCB ਨੇ ਉਸਨੂੰ ਕਲੀਨ ਚਿੱਟ ਦੇ ਦਿੱਤੀ ਹੈ। ਉੱਥੇ ਹੀ ਇਸ ਫੈਸਲੇ ਦਾ ਸਵਾਗਤ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦੇ ਸਿਤਾਰਿਆਂ ਦੋਵਾਂ ਨੇ ਕੀਤਾ ਅਤੇ ਕਿੰਗ ਖਾਨ ਦਾ ਸਮਰਥਨ ਵੀ ਕੀਤਾ। ਪਰ ਇਸ ਵਿਚਾਲੇ ਹਾਲ ਵਿੱਚ ਹੀ ਦੱਸ ਦਈਏ ਕਿ ਦਿੱਗਜ ਅਦਾਕਾਰ ਸ਼ਤਰੂਘਨ ਸੈਨਾ ਨੇ ਸ਼ਾਹਰੁਖ ਖਾਨ 'ਤੇ ਗੰਭੀਰ ਦੋਸ਼ ਲਗਾਏ ਨੇ। ਉੱਥੇ ਹੀ ਸ਼ਤਰੂਘਨ ਸ਼ਾਹਰੁਖ ਖਾਨ ਤੋਂ ਕਾਫੀ ਨਾਰਾਜ਼ ਵੀ ਦਿਖਾਈ ਦੇ ਰਹੇ ਨੇ। ਨਸ਼ੇ ਦੀ ਓਵਰਡੋਜ਼ ਦੇ ਕਾਰਨ ਇੱਕ 23 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਇਸ ਸੰਬੰਧੀ ਥਾਣਾ ਕੁੱਲ ਗੜੀ ਦੇ ਪੁਲਿਸ ਨੇ ਗੁਰਦੀਪ ਸਿੰਘ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ਦੇ ਉੱਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਉਹਨਾਂ ਦੀ ਭਾਲ ਕੀਤੀ ਹੈ। ਦੱਸ ਦਈਏ ਕਿ ਇਸ ਸੰਬੰਧੀ ਜਾਣਕਾਰੀ ਦਿੰਦਿਆਂ ASI ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਵਿੱਚ ਗੁਰਦੀਪ ਸਿੰਘ ਵਾਸੀ ਪਿੰਡ ਰੁਕਨਾ ਬੇਗੂ ਨੇ ਦੱਸਿਆ ਕਿ ਉਸਦਾ ਭਾਣਜਾ ਹਰਿੰਦਰ
जो है हरविंदर उसका भांजा जिसकी उम्र 23 साल है जो कि पिंड नंगल जिला फरीदकोट का रहन वाला सी अते 2 दिन तो अपने नानका पिंड रुकना बेगू दे विच मिलन आया सी। तो दस दिए जो करीब 2.5 साल पहला नशे दे नशा करन लग पिया सी अते शिकायतकर्ता ने पुलिस नूं ए भी दस्या है कि दोपहर करीब 1:30 बजे उसनूं पता लगा कि उसका भांजा हरविंदर सिंह ज़्यादा नशा करन कारण डिग्गिया पिया अते जदों उसनूं इलाज दे लई निजी हस्पताल लैके जाया गया तां डॉक्टरां ने उसनूं मृतक ऐलान दिता। अज मानसा की बाहरली अनाज मंडी के विखे सिद्धू मूसेवाला का भोग से अंतिम अरदास रखी गई। इस दौरान सिद्धू चाहण वाले वख-वख शहरां तो सूबियां तो इकट्ठे होकर पहुँच रहे सन। तो दस दिए कि अपने चहेते सितारे नूं आखिरी वार अलविदा आख रहे सी अते अंतिम अरदास उपरंत सिद्धू मूसेवाला के पिता ने उसनूं चाहण वालियां दे नाल कुछ गल्लां बातां भी सांझियां कीतियां जिन्हां नूं बयान करके सिद्धू के पिता भावुक हो गए। सिद्धू के पिता ने कहा कि 29 मई नूं अजिहा मनहूस दिन चढ़िया जिस दिन यह भाणा वरत गया, पर थोड़े प्यार ने थोड़े वालों जो हंजू वहाए गए उसने मेरा दुख काफ़ी हद तक घटा दिता है। यह घाटा मैं आसानी के नाल पूरा या सहन कर लवा, यह तो कहना बस एक कहण दियां गल्लां हो सकदियां ने, पर इसनू मेरा परिवार ही समझ सकता है कि अज असी कित्थे पहुँच गए हैं। गुरु महाराज तो सीध लैके कोशिश करांगे कि अगली जिंदगी शुरू कर पाइए। नाल ही उन्होंने कहा कि गुरु साहिब शक्तियां के मालक सन, वह तो चल गए पर मैं इन्ने चोगा नहीं हाँ, पर महाराज फिर भी थोड़ा हुक्म जो है मेरे सिर मत्थे है। मुख्यमंत्री भगवंत मान के निर्देशों के तहत पंजाब राज पावर कारपोरेशन लिमिटेड PSPCL ने बुधवार को किसानों को झोने की लवाई के लिए 10 जून तो 17 जून तक पाड़वार ढंग के नाल 8 घंटे बिजली सप्लाई देने का भरोसा दिता है। पंजाब राज पावर कारपोरेशन लिमिटेड PSPCL के वंड विंग की बुधवार सवेरे आगामी झोने के सीजन के प्रबंधा के बाबत मीटिंग हुई। बिजली मंत्री हरभजन सिंह, CMD बलदेव सिंह सरां अते डायरेक्टर डिस्ट्रीब्यूशन इंजीनियर DPS गरेवाल ने डिस्ट्रीब्यूशन अते ग्रिड ऑपरेशन अते रख रखाव विंगा के मुख इंजीनियरां सुपरडेंटा इंजीनियरिंग कार्यकारी अते इंजीनियरां दे नाल मीटिंग कीती है। दस दिए कि मीटिंग का मुख एजेंडा झोने के सीजन दौरान किसानों दीयां लोड़ां नूं पूरा करन दे लई कीते जाण वाले प्रबंधा दे नाल नाल इस समय दौरान उद्योगां अते होर खपतकारां दे लई बिजली दी सुचज्जी वंड नूं बरकरार रखण दे लई चुके जाण वाले कदमां दे बारे चर्चा करनी सी। सो इह सी अज दीयां फटाफट खबरां। अज दीयां फटाफट खबरां विच इन्ने, हुण मैनूं दिओ इजाजत, मिलदे आं कल कुछ होर नवीआं अपडेट्स दे नाल। धन्नवाद।